ਮਜ਼ਾ ਨਹੀਂ ਆਉਂਦਾ ਹੁੰਦਾ ਕਿ ਯਾਰ ਇਦਾਂ ਸਹੀ ਰਹੂਗਾ ਇਦਾਂ ਸਹੀ ਰਹੂਗਾ। ਅੱਛਾ ਕੁਦਰਤੀ ਗੱਲ ਹੈ, ਮਾਈ ਚੁਗਲੀ ਪਾਰਟਨਰ ਚੁਗਲੀ ਨੇ ਚੁਗਲੀ ਰਹਿਣਾ ਨੀ ਨਾ। ਉਹ ਨੀ ਅਸੀਂ ਇਹ ਬਹੁਤ ਹੀ ਕੰਫੀਡੈਂਸ਼ੀਅਲ ਸਰਕਲ ਆ, ਜੇ ਤੁਸੀਂ ਕੁਝ ਇਹਦੇ ਵਿੱਚ ਮਤਲਬ ਇਨਕੋਰਪੋਰੇਟ ਕਰ ਸਕਦੇ ਆ ਤਾਂ ਯੂ ਕੈਨ ਮੇਬੀ ਐਂਟਰ ਦਿਸ ਸਰਕਲ, ਬਟ ਇਟਸ ਵੈਰੀ ਟਾਈਮ। ਓਕੇ ਪਰ ਇਹ ਸਿਲਸਿਲਾ ਕਦੋਂ ਸ਼ੁਰੂ ਹੋਇਆ? ਆਟੇ ਦੀ ਚਿੜੀ, ਆਟੇ ਦੀ ਚਿੜੀ ਚ ਅਸੀਂ ਮੈਂ ਪਹਿਲਾ, ਅੱਛਾ ਲੈਟ ਮੀ ਰੀਫਰੇਮ ਦਾ ਕੁਐਸਚਨ, ਉਹ ਪਹਿਲਾ ਟਾਈਮ ਕਬ ਥਾ ਜਦ ਤੁਸੀਂ ਪਹਿਲੀ ਵਾਰ ਕੀਤੀ ਚੁਗਲੀ? ਅਸੀਂ ਨਹੀਂ, ਮੈਂ ਗੱਡੀ ਚ ਬਿਠਾਤਾ ਸੀ ਨਾ ਸਾਨੂੰ, ਅਸੀਂ ਗੱਡੀ ਚ ਪਾਸਿੰਗ ਸ਼ਾਟਸ ਲੈ ਰਹੇ ਸੀ, ਅਸੀਂ ਅਸੀਂ ਪਹਿਲੀ ਵਾਰੀ ਬੈਠੇ ਨਾ, ਤੇ ਵੈਸੇ ਤਾਂ ਮੈਂ ਥੋੜਾ ਜਿਹਾ ਸੰਗਦਾ ਸੀਗਾ ਹੀ ਨੀਰੂ ਜੀ, ਕਿਉਂਕਿ ਮੈਂ ਜਦੋਂ ਨਾ ਲੌਂਗ ਲਾਚੀ ਫਿਲਮ ਦੇ ਵਿੱਚ ਮੇਰਾ ਕੈਮੀਓ ਸੀਗਾ ਤੇ ਗਾਣਾ ਵੀ ਸੀਗਾ, ਪਹਿਲੀ ਵਾਰੀ ਮੈਨੂੰ ਗਾਣੇ ਦੇ ਸੈੱਟ ਤੇ ਮਿਲਿਆ। ਹੀ ਵਾਸ ਲੇਟ, ਪੰਜਾਬੀ ਸਾਡੇ ਸਿੰਗਰ 90% ਨਹੀਂ, ਹੁਣ ਨਹੀਂ ਲੇਟ, ਹੁਣ ਤੁਹਾਡੇ ਨਾਲ ਫਿਲਮ ਕਰ ਰਹੇ ਨੇ ਤਾਂ ਨਾਰਮਲੀ ਦੇਖਿਓ 6 ਸਾਲ ਪਹਿਲਾਂ, ਲਾਈਕ ਅੱਛਾ ਪੁਰਾਣੀ ਗੱਲ ਹੈ, ਤੇ ਉਦੋਂ ਮੇਰਾ ਗੱਲ ਹੀ ਭਲਾਤੀ, ਗੱਲ ਕਿਹੜੀ ਸੀ? ਲੌਂਗ ਲਾਚੀ ਦੇ ਟਾਈਮ ਤੇ ਗਾਣਾ, ਅੱਛਾ ਚੁਗਲੀ, ਹਾਂ ਹਾਂ ਚੁਗਲੀ। ਅੱਛਾ ਜਦੋਂ ਫਿਰ ਨਾ ਅਸੀਂ ਇੱਕ ਦਿਨ ਗੱਡੀ 'ਚ ਬੈਠੇ ਤੇ ਸ਼ਾਰਟ ਨੂੰ ਟਾਈਮ ਲੱਗ ਰਿਹਾ ਸੀ, ਤੇ ਸ਼ਾਰਟ ਸੜਕ ਤੇ ਸੀ ਬਾਹਰ, ਕੋਈ ਵੈਨਿਟੀ ਜਾਂ ਹੋਰ ਕੁਛ ਨਹੀਂ, ਮੂਵਿੰਗ ਸ਼ਾਰਟ ਸੀਗਾ। ਅਸੀਂ ਉੱਥੇ ਬੈਠੇ ਹੁੰਦੇ, ਸਾਡੀ ਵਾਰੀ ਵੀ ਬਹੁਤ ਲੇਟ ਆਇਆ ਕਰੇ, ਕਿਉਂਕਿ ਸਾਡਾ ਇੰਨਾ ਉਹਦੇ ਵਿੱਚ ਪਾਰਟ ਘੱਟ ਸੀਗਾ, ਅਸੀਂ ਫਿਰ ਵੇਟ ਕਰਦੇ ਸੀ, ਬੰਦਾ ਹੁਣ ਵਿਹਲਾ ਕੀ ਕਰੋ, ਚੁਗਲੀ ਕਰੋ ਫਿਰ ਜਦੋਂ ਅਸੀਂ ਬੈਠੇ, ਇਹ ਮੈਨੂੰ ਪੁੱਛ ਲੈਣ, ਅੰਮ੍ਰਿਤ ਜੀ ਵਟ ਯੂ ਥਿੰਕ ਅਬਾਊਟ ਦੈਟ ਫਿਲਮ? ਸਵਾਲ ਬਹੁਤ ਆਉਂਦਾ, ਉਹ ਫਿਲਮ ਸੀ ਕਿਤੇ ਨੀਰੂ ਜੀ, ਆਈ ਥਿੰਕ ਉਹ ਪਾਰਟ ਮਿਸਿੰਗ ਸੀਗਾ, ਜੇ ਕਿਤੇ ਉਹ ਹੁੰਦਾ ਡੈਫੀਨੇਟਲੀ, ਇਹਨਾਂ ਨੇ ਕਹਿਣਾ ਸੀ ਇਹੀ ਮੈਂ ਕਹਿਣੀ ਹਨਾ, ਫਿਰ ਓਕੇ, ਫਿਰ ਸਾਡਾ ਦੁੱਖ। ਫਿਰ ਅਸੀਂ ਕੀ ਆ ਨਾ, ਜਿੱਦਾਂ ਟੌਪਿਕ ਹੁੰਦਾ ਕਈ ਵਾਰੀ ਤੁਹਾਡੇ, ਚੁਗਲੀ ਦੇਖੋ, ਚੁਗਲੀ ਵੀ ਉਹਨਾਂ ਨੇ ਕੀਤੀ ਜਾ ਸਕਦੀ ਹੈ ਜਿਹਨਾਂ ਦੇ ਚੁਗਲੀ ਦੇ ਟੌਪਿਕ ਮੈਚ ਹੋਣ, ਸੇਮ ਮੈਚ ਹੋਣ ਜੀ। ਸਾਡਾ ਤੇ ਜਿਹੜਾ ਮੈਨੂੰ ਲੱਗਦਾ ਨੀਰੂ ਜੀ ਦਾ ਚੁਗਲੀ ਦਾ ਜਿਹੜਾ ਉਹ ਮਿਆਰ ਹੈ, ਕਾਫੀ ਮੈਚ ਕਰਦਾ। ਸਾਡੇ ਮੁੱਦੇ ਜਿਹੜੇ, ਅੱਛਾ ਮੇਰੀ ਗੱਲ ਸੁਣੋ, ਤੁਸੀਂ ਸੋਚ ਸਕਦੇ ਹੋ ਵੀ ਆਪਦੀ ਕੈਮਰਾ ਇਹ ਬੰਦਾ ਕੀ ਕੁਝ ਕਰਦਾ ਹੋਊਗਾ? ਨਾ, ਆਈ ਕੈਨ ਇਮੇਜਿਨ ਇਹ। ਲੈਟ ਮੀ ਟੈਲ ਯੂ ਗਾਈਸ ਵਨ ਥਿੰਗ, ਅੱਜ ਇੰਟਰਵਿਊ ਤੋਂ ਪਹਿਲਾਂ ਜੇ ਕਿਸੇ ਨੇ ਸ਼ਰਾਫਤ ਦਾ ਪੂਰਾ ਕਹਿੰਦਾ ਜਾਮਾ ਪਾਇਆ ਹੋਇਆ ਸੀ, ਉਹ ਆ ਬੰਦਾ। ਲਾਈਕ ਮੈਂ, ਕਿਉਂਕਿ ਮੈਂ ਇਹਨਾਂ ਨੂੰ ਜਾਣਦਾ, ਇਹ ਕਿਉਂਕਿ ਅਸੀਂ ਮੇਰੇ ਨਾਲ ਬਹੁਤ ਟਾਈਮ ਬਾਅਦ ਮਿਲਦੇ, ਜਿਸ ਬਹੁਤ ਘੱਟ ਏਦਾਂ ਦੇ ਆਰਟਿਸਟ ਮੈਨੂੰ ਮਿਲੇ ਜੀ, ਜਾਂ ਬਹੁਤ ਘੱਟ ਜਿੱਦਾਂ ਜਸ ਬਾਈ ਤੇ ਨੀਰੂ ਜੀ ਨੇ, ਸ਼ੁਕਰਾਨਾ ਸਭ ਤੋਂ ਵਧੀਆ ਗੱਲ ਕੀ ਹੋਈ ਜੋ ਮੈਂ ਇਹਨਾਂ ਨੂੰ ਵੀ ਕੰਪਲੀਮੈਂਟ ਕਰਦਾ ਉਸ ਗੱਲ ਦਾ, ਸਾਡੇ ਤਿੰਨਾਂ ਚੋਂ ਨਾ ਕਿਸੇ ਨੂੰ ਕਾਲ ਨਹੀਂ ਸੀ ਹੁੰਦੀ ਕਿ ਸ਼ਾਰਟ ਦੇ ਕੇ ਵੈਨਿਟੀ 'ਚ ਚਲੇ ਜਾਈਏ। ਯਾਰ ਇਹ ਬਹੁਤ ਬਹੁਤ ਇੰਪੋਰਟੈਂਟ ਹੈ, ਉੱਥੇ ਨਾ ਵਿਹੜਾ ਸੀਗਾ, ਤੇ ਵਿਹੜਾ ਤਾਂ ਅਸੀਂ ਪੰਜਾਬੀ ਉਹੀ ਭਾਲਦੇ ਹਾਂ, ਖੁੱਲੀ ਡੁੱਲੀ ਥਾਂ, ਉਹ ਲੋਕੇਸ਼ਨ ਵੀ ਬੜੀ ਪਿਆਰੀ ਹੈ, ਖੇਤ ਆਲੇ ਦੁਆਲੇ ਹੈ, ਪਈ ਜਾਂਦੀ ਹੈ ਹਨਾ। ਅਸੀਂ ਕੀ ਕਰਨਾ, ਸ਼ਾਰਟ ਦਿੱਤਾ, ਚਲੋ ਜੀ ਚਾਹ ਮੰਗਾ ਲਓ ਹਨਾ ਜੀ, ਚਾਹ ਪੀਤੀ, ਉੱਥੇ ਨਾਲ ਹੀ ਮੰਜਾ ਡਾ ਲਿਆ, ਕੁਰਸੀ ਹੈ ਉੱਥੇ, ਸਾਰੇ ਬੈਠੇ ਹਾਂ ਗਰੁੱਪ, ਇਹ ਨਹੀਂ ਕਿ ਅਸੀਂ ਤਿੰਨੇ ਹੀ ਬੈਠੇ ਹਾਂ, 6-7-8 ਜਾਣੇ ਅਸੀਂ ਗਰੁੱਪ ਬਣਾ ਕੇ ਬੈਠੇ ਹਾਂ। ਮਤਲਬ ਮੈਨੂੰ, ਮੈਂ ਜਿੰਨੀਆਂ ਕਿ ਵੀ ਫਿਲਮਾਂ ਕੀਤੀਆਂ, ਇੰਨੀਆਂ ਤਾਂ ਨਹੀਂ ਕੀਤੀਆਂ, ਜਿੰਨੀਆਂ ਵੀ 2-3 ਫਿਲਮਾਂ ਕੀਤੀਆਂ, ਮੈਨੂੰ ਸੈੱਟ ਤੇ ਔਨ ਸੈੱਟ ਜਿਹੜਾ ਮੈਨੂੰ ਮਾਹੌਲ ਲੱਗਿਆ ਹੁਣ ਤੱਕ ਦਾ, ਸ਼ੁਕਰਾਨਾ ਦਾ ਬੈਸਟ ਮਾਹੌਲ ਸੀ। ਕੀ ਬਾਤ ਹੈ, ਥੈਂਕ ਯੂ ਸੋ ਮਚ ਤੁਹਾਡੇ ਦੋਨਾਂ ਦਾ, ਤੁਸੀਂ ਮਤਲਬ ਉਹ ਮਾਹੌਲ, ਉਹ ਜ਼ੋਨ ਮੈਨੂੰ ਦਿੱਤਾ ਕਿ ਐਂਡ ਥੈਂਕ। ਮੈਨੂੰ ਮਜ਼ਾ ਨਹੀਂ ਆਉਂਦਾ ਕਿ ਯਾਰ ਇਦਾਂ ਸਹੀ ਰਹੂਗਾ ਇਦਾਂ ਸਹੀ ਰਹੂਗਾ। ਅੱਛਾ ਕੁਦਰਤੀ ਗੱਲ ਹੈ, ਮਾਈ ਚੁਗਲੀ ਪਾਰਟਨਰ ਚੁਗਲੀ ਨੇ ਚੁਗਲੀ ਰਹਿਣਾ ਨੀ ਨਾ। ਉਹ ਨੀ ਅਸੀਂ ਇਹ ਬਹੁਤ ਹੀ ਕੰਫੀਡੈਂਸ਼ੀਅਲ ਸਰਕਲ ਆ, ਜੇ ਤੁਸੀਂ ਕੁਝ ਇਹਦੇ ਵਿੱਚ ਮਤਲਬ ਇਨਕੋਰਪੋਰੇਟ ਕਰ ਸਕਦੇ ਆ ਤਾਂ ਯੂ ਕੈਨ ਮੇਬੀ ਐਂਟਰ ਦਿਸ ਸਰਕਲ, ਬਟ ਇਟਸ ਵੈਰੀ ਟਾਈਮ। ਓਕੇ ਪਰ ਇਹ ਸਿਲਸਿਲਾ ਕਦੋਂ ਸ਼ੁਰੂ ਹੋਇਆ? ਆਟੇ ਦੀ ਚਿੜੀ, ਆਟੇ ਦੀ ਚਿੜੀ ਚ ਅਸੀਂ ਮੈਂ ਪਹਿਲਾ, ਅੱਛਾ ਲੈਟ ਮੀ ਰੀਫਰੇਮ ਦਾ ਕੁਐਸਚਨ, ਉਹ ਪਹਿਲਾ ਟਾਈਮ ਕਬ ਥਾ
ਜਦ ਤੁਸੀਂ ਪਹਿਲੀ ਵਾਰ ਕੀਤੀ ਚੁਗਲੀ ਅਸੀਂ ਨਹੀਂ ਮੈਂ ਗੱਡੀ ਚ ਬਿਠਾਤਾ ਸੀ ਨਾ ਸਾਨੂੰ ਅਸੀਂ ਗੱਡੀ ਚ ਪਾਸਿੰਗ ਸ਼ਾਟਸ ਲੈ ਰਹੇ ਸੀ ਅਸੀਂ ਅਸੀਂ ਪਹਿਲੀ ਵਾਰੀ ਬੈਠੇ ਨਾ ਤੇ ਵੈਸੇ ਤਾਂ ਮੈਂ ਥੋੜਾ ਜਿਹਾ ਸੰਗਦਾ ਸੀਗਾ ਹੀ ਨੀਰੂ ਜੀ ਕਿਉਂਕਿ ਮੈਂ ਜਦੋਂ ਨਾ ਲੌਂਗ ਲਾਚੀ ਫਿਲਮ ਦੇ ਵਿੱਚ ਮੇਰਾ ਕੈਮੀਓ ਸੀਗਾ ਤੇ ਗਾਣਾ ਵੀ ਸੀਗਾ ਅੱਛਾ ਪਹਿਲੀ ਵਾਰੀ ਮੈਂ ਉਹਨਾਂ ਨੂੰ ਗਾਣੇ ਦੇ ਸੈੱਟ ਤੇ ਮਿਲਿਆ ਹੀ ਵਾਸ ਲੇਟ ਪੰਜਾਬੀ ਸਾਡੇ ਸਿੰਗਰ 90% ਨਹੀਂ ਹੁਣ ਨਹੀਂ ਹੁਣ ਨਹੀਂ ਲੇ ਹੁਣ ਨਹੀਂ ਮੈਂ ਤੁਹਾਡੇ ਨਾਲ ਫਿਲਮ ਕਰ ਰਹੇ ਨਾ ਤਾਂ ਨਾਰਮਲੀ ਦੇਖਿਓ 6 ਸਾਲ ਪਹਿਲਾਂ ਲਾਈਕ ਅੱਛਾ ਪੁਰਾਣੀ ਗੱਲ ਹੈ ਤੇ ਉਦੋਂ ਮੇਰਾ ਗੱਲ ਹੀ ਭਲਾਤੀ ਗੱਲ ਕਿਹੜੀ ਸੀ ਲੌਂਗ ਲਾਚੀ ਦੇ ਟਾਈਮ ਤੇ ਗਾਣਾ ਅੱਛਾ ਚੁਗਲੀ ਹਾਂ ਹਾਂ ਚੁਗਲੀ ਅੱਛਾ ਜਦੋਂ ਫਿਰ ਨਾ ਅਸੀਂ ਇੱਕ ਦਿਨ ਗੱਡੀ 'ਚ ਬੈਠੇ ਤੇ ਸ਼ਾਰਟ ਨੂੰ ਟਾਈਮ ਲੱਗ ਰਿਹਾ ਸੀ ਤੇ ਸ਼ਾਰਟ ਸੜਕ ਤੇ ਸੀ ਬਾਹਰ ਕੋਈ ਵੈਨਿਟੀ ਜਾਂ ਹੋਰ ਕੁਝ ਨਹੀਂ ਮੂਵਿੰਗ ਸ਼ਾਰਟ ਸੀਗਾ ਅਸੀਂ ਉੱਥੇ ਬੈਠੇ ਹੁੰਦੇ ਸਾਡੀ ਵਾਰੀ ਵੀ ਬਹੁਤ ਲੇਟ ਆਇਆ ਕਰੇ ਕਿਉਂਕਿ ਸਾਡਾ ਇੰਨਾ ਉਹਦੇ ਵਿੱਚ ਪਾਰਟ ਘੱਟ ਸੀਗਾ ਅਸੀਂ ਫਿਰ ਵੇਟ ਕਰਦੇ ਸੀ ਬੰਦਾ ਹੁਣ ਵਿਹਲਾ ਕੀ ਕਰੋ ਚੁਗਲੀ ਕਰੋ ਫਿਰ ਜਦੋਂ ਅਸੀਂ ਬੈਠੇ ਇਹ ਮੈਨੂੰ ਪੁੱਛ ਲੈਣ ਅਮ੍ਰਿਤ ਜੀ ਵਟ ਯੂ ਥਿੰਕ ਅਬਾਊਟ ਦੈਟ ਫਿਲਮ ਟੌਪਿਕ ਹੁੰਦਾ ਕਈ ਵਾਰੀ ਤੁਹਾਡੇ ਚੁਗਲੀ ਦੇਖੋ ਚੁਗਲੀ ਵੀ ਉਹਨਾਂ ਨੇ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੇ ਚੁਗਲੀ ਦੇ ਟੌਪਿਕ ਮੈਚ ਹੋਣ ਸੇਮ ਮੈਚ ਹੋਣ ਜੀ ਸਾਡਾ ਤੇ ਜਿਹੜਾ ਮੈਨੂੰ ਲੱਗਦਾ ਨੀਰੂ ਜੀ ਦਾ ਚੁਗਲੀ ਦਾ ਜਿਹੜਾ ਉਹ ਮਿਆਰ ਹੈ ਕਾਫੀ ਮੈਚ ਕਰਦਾ ਸਾਡੇ ਮੁੱਦੇ ਜਿਹੜੇ ਅੱਛਾ ਮੇਰੀ ਗੱਲ ਸੁਣੋ ਤੁਸੀਂ ਸੋਚ ਸਕਦੇ ਹੋ ਵੀ ਆਪਦੀ ਕੈਮਰਾ ਇਹ ਬੰਦਾ ਕੀ ਕੁਝ ਕਰਦਾ ਹੋਊਗਾ ਨਾ ਆਈ ਕੈਨ ਇਮੇਜਿਨ ਇਹ ਲੈਟ ਮੀ ਟੈਲ ਯੂ ਗਾਈਸ ਵਨ ਥਿੰਗ ਅੱਜ ਇੰਟਰਵਿਊ ਤੋਂ ਪਹਿਲਾਂ ਜੇ ਕਿਸੇ ਨੇ ਸ਼ਰਾਫਤ ਦਾ ਪੂਰਾ ਕੰਨਾ ਜਾਮਾ ਪਾਇਆ ਹੋਇਆ ਸੀ ਉਹ ਆ ਬੰਦਾ ਲਾਈਕ ਮੈਂ ਕਿਉਂਕਿ ਮੈਂ ਇਹਨਾਂ ਨੂੰ ਜਾਣਦਾ ਇਹ ਕਿਉਂਕਿ ਅਸੀਂ ਮੇਰੇ ਨਾਲ ਬਹੁਤ ਟਾਈਮ ਬਾਅਦ ਮਿਲਦੇ ਜਿਸ ਬਹੁਤ ਘੱਟ ਏਦਾਂ ਦੇ ਆਰਟਿਸਟ ਮੈਨੂੰ ਮਿਲੇ ਜੀ ਜਾਂ ਬਹੁਤ ਘੱਟ ਜਿੱਦਾਂ ਜਸ ਬਾਈ ਤੇ ਨੀਰੂ ਜੀ ਨੇ ਐਤਕੀ ਸ਼ੁਕਰਾਨਾ ਸਭ ਤੋਂ ਵਧੀਆ ਗੱਲ ਕੀ ਹੋਈ ਜੋ ਮੈਂ ਇਹਨਾਂ ਨੂੰ ਵੀ ਕੰਪਲੀਮੈਂਟ ਕਰਦਾ ਉਸ ਗੱਲ ਦਾ ਸਾਡੇ ਤਿੰਨਾਂ ਚੋਂ ਨਾ ਕਿਸੇ ਨੂੰ ਕਾਲ ਨਹੀਂ ਸੀ ਹੁੰਦੀ ਕਿ ਸ਼ਾਰਟ ਦੇ ਕੇ ਵੈਨਿਟੀ ਚ ਖੇਤ ਆਲੇ ਦੁਆਲੇ ਹੈ ਪਈ ਜਾਂਦੀ ਹੈ ਹਨਾ ਅਸੀਂ ਕੀ ਕਰਨਾ ਸ਼ਾਰਟ ਦਿੱਤਾ ਚਲੋ ਜੀ ਚਾਹ ਮੰਗਾ ਲਓ ਹਨਾ ਜੀ ਚਾਹ ਪੀਤੀ ਉੱਥੇ ਨਾਲ ਹੀ ਮੰਜਾ ਡਾ ਲਿਆ ਕੁਰਸੀ ਹੈ ਉੱਥੇ ਸਾਰੇ ਬੈਠੇ ਹਾਂ ਗਰੁੱਪ ਇਹ ਨਹੀਂ ਕਿ ਅਸੀਂ ਤਿੰਨੇ ਹੀ ਬੈਠੇ ਹਾਂ 6-7-8 ਜਾਣੇ ਅਸੀਂ ਗਰੁੱਪ ਬਣਾ ਕੇ ਬੈਠੇ ਮਤਲਬ ਮੈਨੂੰ ਮੈਂ ਜਿੰਨੀਆਂ ਕੁ ਵੀ ਫਿਲਮਾਂ ਕੀਤੀਆਂ ਇੰਨੀਆਂ ਤਾਂ ਨਹੀਂ ਕੀਤੀਆਂ ਜਿੰਨੀਆਂ ਵੀ 2-3 ਫਿਲਮਾਂ ਕੀਤੀਆਂ ਮੈਨੂੰ ਸੈੱਟ ਤੇ ਔਨ ਸੈੱਟ ਜਿਹੜਾ ਮੈਨੂੰ ਮਾਹੌਲ ਲੱਗਿਆ ਹੁਣ ਤੱਕ ਦਾ ਸ਼ੁਕਰਾਨਾ ਦਾ ਬੈਸਟ ਮਾਹੌਲ ਸੀ ਕੀ ਬਾਤ ਆਮ ਥੈਂਕ ਯੂ ਸੋ ਮਚ ਤੁਹਾਡੇ ਦੋਨਾਂ ਦਾ ਤੁਸੀਂ ਮਤਲਬ ਉਹ ਮਾਹੌਲ ਉਹ ਜ਼ੋਨ ਮੈਨੂੰ ਦਿੱਤਾ ਕਿ ਐਂਡ ਥੈਂਕਸ